ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬੀਕੇ ਨੀਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ ਫਰੈਂਡਸ। ਜਿਹੜਾ ਡਿਜ਼ਾਈਨ ਅੱਜ ਆਪਾਂ ਬਣਾਵਾਂਗੇ, ਇਹ ਡਿਜ਼ਾਈਨ ਤੁਸੀਂ ਆਪਣੀ ਕੋਟੀ ਜੈਕਟ, ਬਹੁਤ ਹੀ ਸੋਹਣਾ ਲੱਗਦਾ ਕੋਟੀ ਜੈਕਟ 'ਤੇ ਪਾਇਆ ਹੋਇਆ, ਜੈਂਟਸ ਸਵੈਟਰ 'ਤੇ ਵੀ ਇਹ ਡਿਜ਼ਾਈਨ ਪਾ ਸਕਦੇ ਹੋ, ਬਣ ਕੇ ਬਹੁਤ ਪਿਆਰਾ ਲੱਗਦਾ ਇਹ ਡਿਜ਼ਾਈਨ। ਇਹ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ ਪੰਜ ਪੰਜ ਦੇ ਹਿਸਾਬ ਨਾਲ ਕੁੰਡੇ ਲੈਣੇ ਹੈ ਅਤੇ ਦੋ ਕੁੰਡੇ ਐਕਸਟਰਾ ਲੈਣੇ ਹੈ। ਪੰਜ 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 ਦੇ ਹਿਸਾਬ ਨਾਲ ਕੁੰਡੇ ਲੈ ਕੇ ਦੋ ਕੁੰਡੇ ਐਕਸਟਰਾ ਲੈ ਲੈਣੇ ਆ। ਇਹ ਚਾਰ ਸਿਲਾਈਆਂ ਦਾ ਆਪਣਾ ਡਿਜ਼ਾਈਨ ਹੈ, ਚਾਰ ਸਿਲਾਈਆਂ ਬਾਅਦ ਆਪਣਾ ਡਿਜ਼ਾਈਨ ਚੇਂਜ ਹੁੰਦਾ। ਹੁਣ ਡਿਜ਼ਾਈਨ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਫਰੈਂਡਸ। ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਬੈੱਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰਨਾ ਜੀ। ਹੁਣ ਡਿਜ਼ਾਈਨ ਦੀ ਪਹਿਲੀ ਸਿਲਾਈ, ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲੈਣਾ। ਅਗਲੇ ਇੱਕ ਦੋ ਤਿੰਨ ਚਾਰ ਪੰਜ, ਅਗਲੇ ਪੰਜ ਕੁੰਡੇ ਸਿੱਧੇ, ਫਿਰ ਧਾਗਾ ਆਪਣੇ ਵੱਲ ਕੀਤਾ। ਅਗਲੇ ਇਹ ਜਿਹੜੇ ਹੁਣ ਪੰਜ ਕੁੰਡੇ ਫਰੈਂਡਸ, ਇਸ ਤਰ੍ਹਾਂ ਆਪਾਂ ਡਬਲ ਧਾਗਾ ਲੈ ਕੇ ਇਸ ਤਰ੍ਹਾਂ ਉਲਟੇ ਬੁਣਨੇ। ਇੱਕ ਇਹ ਧਾਗੇ ਨੂੰ ਇੱਕ ਵਾਰੀ ਵੱਲ ਦੇ ਲੈਣਾ, ਫਿਰ ਕੁੰਡੇ ਨੂੰ ਬੁਣਨਾ। ਦੋ ਇੱਕ ਵਾਰੀ ਇਸ ਤਰ੍ਹਾਂ ਵੱਲ ਦੇ ਲਿਆ, ਫਿਰ ਕੁੰਡੇ ਨੂੰ ਇਸ ਤਰ੍ਹਾਂ ਬੁਣ ਲੈਣਾ। ਤਿੰਨ ਇੱਕ ਵਾਰੀ ਵੱਲ ਦਿੱਤਾ, ਫਿਰ ਕੁੰਡੇ ਨੂੰ ਬੁਣ ਲਿਆ। ਚਾਰ ਪੰਜ ਫਰੈਂਡਸ, ਪਹਿਲੀ ਸਿਲਾਈ ਆਪਾਂ ਡਿਜ਼ਾਈਨ ਦੀ ਇਸ ਤਰ੍ਹਾਂ ਹੀ ਬਣਾ ਕੇ ਕੰਪਲੀਟ ਕਰਨੀ ਹੈ। ਇਹ ਆਪਾਂ 10 ਕੁੰਡਿਆਂ ਨੂੰ ਰਿਪੀਟ ਕਰਨਾ, ਧਾਗਾ ਪਿੱਛੇ ਕੀਤਾ। ਇੱਕ ਦੋ ਤਿੰਨ ਚਾਰ ਪੰਜ, ਪੰਜ ਕੁੰਡੇ ਸਿੱਧੇ, ਫਿਰ ਧਾਗਾ ਆਪਣੇ ਵੱਲ ਕੀਤਾ, ਫਿਰ ਇੱਕ ਵੱਲ ਪਾਇਆ, ਫਿਰ ਕੁੰਡੇ ਨੂੰ ਬੁਣ ਲੈਣਾ। ਇੱਕ ਵੱਲ ਪਾਇਆ, ਫਿਰ ਕੁੰਡੇ ਨੂੰ ਬੁਣ ਲੈਣਾ। ਪੰਜ ਕੁੰਡੇ ਆਪਾਂ ਇਸ ਤਰ੍ਹਾਂ ਹੀ ਬਣਾ ਕੇ ਕੰਪਲੀਟ ਕਰਨੇ ਆ। ਤਿੰਨ ਚਾਰ ਪੰਜ, ਫਿਰ ਧਾਗਾ ਪਿੱਛੇ ਕੀਤਾ। ਜਿਹੜਾ ਲਾਸਟ ਵਾਲਾ ਕੁੰਡਾ, ਇਹਨੂੰ ਆਪਾਂ ਸਿੱਧਾ ਬੁਣ ਲਾਂਗੇ। ਹੁਣ ਆਪਾਂ ਡਿਜ਼ਾਈਨ ਦੀ ਦੂਸਰੀ ਸਿਲਾਈ 'ਤੇ ਹਾਂ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਦੇਣਾ। ਫਿਰ ਫਰੈਂਡਸ, ਇਹ ਜਿਹੜਾ ਆਪਾਂ ਵੱਲ ਪਾਇਆ ਸੀ ਕੁੰਡਿਆਂ ਨੂੰ, ਇਹ ਆਪਾਂ ਵੱਲ ਨੂੰ ਇਸ ਤਰ੍ਹਾਂ ਖੋਲ੍ਹ ਦੇਣਾ। ਦੇਖੋ ਪੰਜ ਕੁੰਡਿਆਂ 'ਤੇ ਆਪਾਂ ਇਸ ਤਰ੍ਹਾਂ ਵੱਲ ਪਾਇਆ ਸੀ, ਇਹਨਾਂ ਨੂੰ ਆਪਾਂ ਖੋਲ੍ਹ ਦੇਣਾ। ਫਿਰ ਅਗਲੇ ਜਿਹੜੇ ਪੰਜ ਕੁੰਡੇ ਹੈ, ਇਹਨਾਂ ਨੂੰ ਆਪਾਂ ਉਲਟਾ ਬੁਣ ਲੈਣਾ। ਡਿਜ਼ਾਈਨ ਦੀ ਦੂਸਰੀ ਸਿਲਾਈ ਪੂਰੀ ਆਪਾਂ ਇਸ ਤਰ੍ਹਾਂ ਹੀ ਬਣਾ ਕੇ ਕੰਪਲੀਟ ਕਰਨੀ ਹੈ। ਦੇਖੋ ਜਿਹੜੇ ਕੁੰਡਿਆਂ ਨੂੰ ਆਪਾਂ ਵੱਲ ਪਾਇਆ ਸੀ ਪੰਜ ਕੁੰਡਿਆਂ 'ਤੇ, ਇਹਨਾਂ ਨੂੰ ਇਸ ਤਰ੍ਹਾਂ ਵੱਲ ਨੂੰ ਆਪਾਂ ਇਸ ਤਰ੍ਹਾਂ ਖੋਲ੍ਹ ਦੇਣਾ। ਫਿਰ ਜਿਹੜੇ ਅਗਲੇ ਪੰਜ ਕੁੰਡੇ ਹੈ, ਇਹਨਾਂ ਨੂੰ ਆਪਾਂ ਉਲਟਾ ਬੁਣ ਲੈਣਾ। ਡਿਜ਼ਾਈਨ ਦੀ ਦੂਸਰੀ ਸਿਲਾਈ ਬਣ ਕੇ ਆਪਣੀ ਕੰਪਲੀਟ ਹੈ। ਹੁਣ ਆਪਾਂ ਡਿਜ਼ਾਈਨ ਦੀ ਤੀਸਰੀ ਸਿਲਾਈ 'ਤੇ ਹਾਂ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਲਿਆ, ਫਿਰ ਅਗਲੇ ਇੱਕ ਦੋ ਤਿੰਨ ਚਾਰ ਪੰਜ, ਪੰਜ ਕੁੰਡੇ ਆਪਾਂ ਸਿੱਧੇ ਬੁਣ ਲੈਣੇ ਆ। ਫਿਰ ਫਰੈਂਡਸ, ਇਹ ਜਿਹੜੇ ਪੰਜ ਕੁੰਡੇ ਆ ਜਿਹਨਾਂ ਦਾ ਆਪਾਂ ਉਲਟੀ ਸਿਲਾਈ 'ਤੇ ਵੱਲ ਨੂੰ ਖੋਲ੍ਹਿਆ ਸੀ, ਇਹਨਾਂ ਨੂੰ ਆਪਾਂ ਉਲਟੀ ਸਾਈਡ ਤੋਂ, ਇਹ ਦੇਖੋ ਇਸ ਤਰ੍ਹਾਂ ਉਲਟੀ ਸਾਈਡ ਤੋਂ ਇਕੱਠੇ ਲੈ ਕੇ ਇਸ ਤਰ੍ਹਾਂ ਬੁਣ ਲੈਣਾ। ਇੱਕ ਇੱਕ, ਫਿਰ ਧਾਗਾ ਆਪਣੇ ਵੱਲ ਕੀਤਾ। ਦੋ, ਫਿਰ ਧਾਗਾ ਆਪਣੇ ਵੱਲ ਕੀਤਾ। ਤਿੰਨ, ਇਹ ਦੇਖੋ ਫਰੈਂਡਸ, ਆਪਾਂ ਇਹਨੂੰ ਤਿੰਨ ਵਾਰੀ ਬੁਣ ਲਿਆ ਆਪਣੇ ਫਿਰ ਸਿਲਾਈ ਤੋਂ ਇਹਨਾਂ ਨੂੰ ਉਤਾਰ ਦੇਣਾ। ਆਹ ਦੇਖੋ ਆਪਾਂ ਨਾਲੇ ਕਿ ਇੱਕ ਵੱਲ ਵੀ ਪਾਇਆ, ਆਪਣੇ ਪੰਜ ਕੁੰਡੇ ਹੁਣ ਬਣ ਗਏ ਨੇ। ਇੱਕ ਦੋ ਤਿੰਨ ਚਾਰ ਪੰਜ, ਪੰਜ ਕੁੰਡਿਆਂ ਦੇ ਆਪਣੇ ਫਿਰ ਪੰਜ ਕੁੰਡੇ ਬਣ ਗਏ ਆ। ਇੱਕ ਦੋ ਤਿੰਨ ਚਾਰ ਪੰਜ, ਪੰਜ ਕੁੰਡੇ ਫਿਰ ਆਪਾਂ ਫਰੈਂਡਸ ਦੇਖ ਲਓ ਸਿੱਧੇ ਬੁਣ ਲੈਣੇ ਆ। ਫਿਰ ਅਗਲੇ ਉਸ ਤਰ੍ਹਾਂ ਹੀ ਪੰਜ ਕੁੰਡਿਆਂ ਨੂੰ ਆਪਾਂ ਉਲਟੀ ਸਾਈਡ ਤੋਂ ਲੈ ਕੇ ਇਸ ਤਰ੍ਹਾਂ ਇੱਕ ਵਾਰੀ ਬੁਣ ਲੈਣਾ। ਫਿਰ ਧਾਗਾ ਆਪਣੇ ਵੱਲ ਕੀਤਾ, ਦੋ ਕੁੰਡੇ ਬਣ ਗਏ ਆਪਣੇ, ਫਿਰ ਬੁਣ ਲੈਣਾ। ਤਿੰਨ, ਫਿਰ ਧਾਗਾ ਆਪਣੇ ਵੱਲ ਕੀਤਾ। ਚਾਰ, ਫਿਰ
फिर ये बुन लिया अपने पांच पांच कुंडियां ने अपने पांच कुंडे बन जाने डिज़ाइन की तीसरी सिलाई बन के अपनी कंप्लीट है। हम आप डिज़ाइन की चौथी सिलाई पर हाँ हूँ आप इन्हों कुंडे सारे उल्टे बुन लेना डिज़ाइन की चौथी सिलाई जी है ये पूरी आप उल्टी उल्टी बना के कंप्लीट करनी है। डिज़ाइन की चौथी सिलाई बन के अपनी देखो कंप्लीट है। हूँ फ्रेंड्स जिहड़ा अपना डिज़ाइन है ये चेंज होना है, चार सिलाइया बाद अपना डिज़ाइन चेंज होएगा। पहला कुंडा बिना बुने उतार लेना, धागा अपने वाल किया, हूँ एक वल पाया, ये कुंडे नूं आपां इस तरह बुन लेना, वल पा के एक दो एक दो पहले जिहड़े पंज कुंडे इन्हां नूं आपां इस तरह ही वल पा के पंज कुंडे बुन लेना, धागा पिछे किया। जिहड़े अगले पंज कुंडे है इन्हां नूं आपां सीधा बुनांगे। हुण इत्थे अपना डिज़ाइन जिहड़ा चेंज हो गया, जिथे डिज़ाइन सी अपना उत्थे आपां सीधा बुनना है सीधे कुंडे, जिथे अपने सीधे कुंडे सी उत्थे आपां डिज़ाइन बनाउणा है। देखो पंजवीं सिलाई ते अपना डिज़ाइन जिहड़ा चेंज हो गया। दूसरी सिलाई की तरह आप जिहड़ी छेवीं सिलाई है वह पावांगे। जिस तरह जदों आप चार चार सिलाइयां नूं बार बार रिपीट करना तो देखो अपना डिज़ाइन बन के कितना प्यारा लगता। देखो फ्रेंड्स इस तरह का लगता है डिज़ाइन, कोटी जैकेट ते पाया बहुत सोहना लगता। तुसीं इहनूं एक बार ट्राई जरूर करना। मेरी वीडियो नूं देखने लई तुहाडा बहुत बहुत धन्यवाद।